ਸਸਿਕਾਲ ਪੰਜਾਬੀਓ, ਮੈਂ ਤੁਹਾਡਾ ਆਪਣਾ ਮਾਣ ਬਠਿੰਡੇ ਵਾਲਾ। ਇਸ ਟਾਈਮ ਅਸੀਂ ਮਾਨਸਾ ਪਰਮਿੰਦਰ ਸਿੰਘ ਝੋਟੇ ਦੇ ਹੱਕ ਦੇ ਵਿੱਚ ਇਕੱਠ ਕੀਤਾ ਗਿਆ ਕਚਹਿਰੀਆਂ ਦੇ ਵਿੱਚ, ਤੇ ਝੋਟੇ ਦੀ ਮਾਂ ਸ਼ੇਰਨੀ ਸੰਬੋਧਨ ਕਰ ਰਹੀ ਹੈ। ਸੁਣੋ ਉਹਦੀਆਂ ਗੱਲਾਂ, ਝੋਟੇ ਨਾਲ ਅੱਜ ਤੜਕ ਸਰ ਕੀ ਹੋਇਆ, ਸੁਣੋ ਮਾਂ ਦੀਆਂ ਗੱਲਾਂ ਸ਼ੇਰਨੀ ਮਾਂ ਦੀਆਂ। ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦੀ ਹਾਂ। ਪਹਿਲਾਂ ਵੀ ਬਹੁਤ ਪਿੱਛੇ ਖੜੇ, ਹੁਣ ਵੀ ਖੜੇ, ਬਹੁਤ ਪਿੱਛੇ ਖੜੇ ਨੇ ਪਾਣੀ ਦੀ ਮਾਰ ਕਰਕੇ। ਹਜੇ 2-4 ਪਿੰਡ ਰੁਕ ਗਏ ਹੋਣਗੇ। ਇਹ ਨਸ਼ੇ ਖਿਲਾਫ ਸਾਡਾ ਬੇਟਾ ਚੱਲ ਰਿਹਾ ਸੀ, ਕਿਉਂ ਪੁਲਿਸ ਨੂੰ ਬਰਦਾਸ਼ਤ ਨਹੀਂ ਹੋਇਆ? ਕਿਉਂ ਇਹਨਾਂ ਦੇ ਮਹੀਨੇ ਬੰਦ ਹੋ ਗਏ, ਪੈਸੇ ਬੰਦ ਹੋ ਗਏ? ਥੋੜੇ ਦਿਨ ਪਰਸੋਂ ਚੌਥੇ ਉਹਦੇ ਝੋਲਾ ਫੜਿਆ ਗਿਆ, ਨਸ਼ਿਆਂ ਦਾ ਝੋਲਾ ਫੜਿਆ ਗਿਆ। ਉਹ ਤਾਂ 8 ਵਜੇ ਆਇਆ ਸੀ, ਹੋਰਾਂ ਨੇ ਕਿਸੇ ਨੇ ਕੁਛ ਕਰਿਆ ਹੋਊਗਾ, ਉਹਨੂੰ ਫੜਿਆ ਹੋਊਗਾ। ਇਹ ਚੱਲ ਨਾਲ ਆ ਗਏ, ਜਦੋਂ ਉਹਦੇ ਪਰਚਾ ਕੱਟਤਾ, ਉਲਟੇ ਉਹਦਾ ਪਰਚਾ ਮਾਫ ਕਰਕੇ ਸਾਡੇ ਬੇਟੇ ਤੇ ਝੂਠਾ ਪਰਚਾ ਪਾ ਕੇ ਤੜਕੇ ਸਵੇਰੇ ਪੁਲਿਸ ਆ ਗਈ। ਜਦੋਂ ਪੁਲਿਸ ਆ ਗਈ, ਪੁਲਿਸ ਨੂੰ ਇਹਨੇ ਕਿਹਾ, ਪਰਵਿੰਦਰ ਨੇ, ਤੂੰ ਮੇਰੇ ਸਾਹਮਣੇ ਹੋ, ਉਹਨੂੰ ਜਿਹੜਾ ਥਾਣੇਦਾਰ ਆਇਆ ਸੀਗਾ ਉਹ ਅੱਗੇ ਨਹੀਂ ਹੋਇਆ, ਗੇਟ ਦੇ ਓਹਲੇ ਹੋਈ ਜਾਵੇ ਡਰਦਾ, ਵੀ ਜੇ ਤੂੰ ਸੱਚਿਆਗਾ, ਜੇ ਮੇਰਾ ਕਸੂਰ ਆ ਤੂੰ ਅੱਗੇ ਹੋ। ਉਹ ਅੱਗੇ ਨਹੀਂ ਹੋਇਆ, ਪਿੱਛੇ ਪਿੱਛੇ ਜਦੋਂ ਹਟੀ ਗਿਆ, ਚੱਲੇ ਮੈਂ ਗੁਰਦੁਆਰੇ ਵਾਗੀ ਹਜੇ ਮੈਂ ਤੁਰੀ ਜਾਂਦੀ ਸੀ। ਥੋੜੇ ਜਿਹੇ ਚਿਰ ਬਾਅਦ ਬਸ ਪੁਲਿਸ ਕੰਧਾਂ ਟੱਪ ਕੇ ਲੋਕਾਂ ਦੀਆਂ ਉੱਚਰ ਦੇ ਜਿੰਮ ਵਿੱਚ ਦੀ ਆ ਗਈ, ਕੁਛ ਪਿੱਛੇ ਦੀ ਆ ਗਈ ਸਿਵਲ ਕੱਪੜਿਆਂ ਚ। ਜੇ ਸਾਡੀ ਬੋਡੀ ਮੂਵੀ ਬਣਾਉਣ ਲੱਗੀ, ਪੁਲਿਸ ਵਾਲੇ ਧੱਕਾ ਮਾਰ ਕੇ ਮੋਬਾਈਲ ਖੋਲਿਆ, ਬੱਚੇ ਹੇਠ ਕੀ ਕਹਿੰਦੇ ਚੀਕਾਂ ਮਾਰਨ ਲੱਗ ਗਏ, ਉਹਨੂੰ ਉਹਦੇ ਦਸਤਾਰ ਲਾ ਕੇ ਉਹਨੂੰ ਕੱਪੜੇ ਨੀ ਪਾਉਣ ਦਿੱਤੇ, ਆਹ ਹਾਲਤ ਕਰਕੇ ਲੈ ਕੇ ਗਏ ਨੇ। ਕਿਉਂਕਿ ਉਹਨੇ ਗੁਨਾਹ ਕਰਿਆ ਸੀ, ਲੋਕਾਂ ਦੇ ਪੁੱਤ ਵਿੱਚ ਆਉਂਦਾ ਸੀ। ਹਜ਼ਾਰਾਂ ਲੋਕਾਂ ਦੀਆਂ ਮਾਵਾਂ ਆ ਕੇ ਸਾਡੇ ਘਰੇ ਕਹਿੰਦੀਆਂ ਸੀ, ਧੰਨਵਾਦ ਪਰਵਿੰਦਰ ਦਾ, ਸਾਡੇ ਵਿੱਚ ਉਹਦੇ ਨੇ ਘੱਟ ਨਸ਼ਾ ਕਰਨ ਲੱਗ ਗਏ, ਨਸ਼ਾ ਘੱਟ ਵਿਕਣ ਲੱਗ ਗਿਆ, ਆ ਕੀ ਕਹਿੰਦੇ ਕਿ ਸਾਡੀਆਂ ਬੱਚਿਆਂ ਦੀਆਂ ਜਾਨਾਂ ਬਚ ਗਈਆਂ। ਇਹਨਾਂ ਨੂੰ ਕੀ ਦੁੱਖ ਹੈ? ਪੁਲਿਸ ਵਾਲਿਆਂ ਨੂੰ ਕੀ? ਭਗਵੰਤ ਮਾਨ ਨੂੰ ਦੁੱਖ ਹੈ? ਹਜ਼ਾਰਾਂ ਮਾਵਾਂ ਆਪਦੇ ਪੁੱਤਾਂ ਦੇ ਪਿਓ ਪੁੱਤਾਂ ਦੀਆਂ ਸੀੜੀਆਂ ਚੱਕਦੇ ਨੇ, ਰੋਜ਼ ਆਪਦੀਆਂ ਮਾਵਾਂ ਕੀ ਕਹਿੰਦੇ ਸੀਆਂ ਤੇ ਬੈਠ ਕੇ ਰੋਂਦੀਆਂ ਨੇ, ਘਰਾਂ ਦੇ ਵਿੱਚ ਘਾਹ ਉੱਗਰ ਰਹੇ ਨੇ, ਇਹਨਾਂ ਨੂੰ ਕੀ ਦੁੱਖ ਹੈ? ਸਾਡਾ ਪੰਜਾਬ, ਇਹ ਕਹਿੰਦਾ ਸੀ ਮੈਂ 2 ਮਹੀਨੇ ਚ ਨਸ਼ਾ ਬੰਦ ਕਰ ਦੂੰਗਾ, ਹੁਣ ਤਾਂ 10-10 ਚਿੱਟੇ ਵਾਲੇ ਇੱਕ ਪਿੰਡ ਚ, ਪਹਿਲਾਂ ਤਾਂ ਇੱਕ ਹੁੰਦਾ ਸੀ, 2 ਹੁੰਦਾ ਸੀ, ਸਾਰੀਆਂ ਸਰਕਾਰਾਂ ਫੇਰ ਕਰਤੀਆਂ। ਜੇ ਕਹਿੰਦੇ ਸਾਨੂੰ ਲਿਸਟ ਲਿਆ ਕੇ ਦਿਓ, ਜੇ ਉਹ ਲਿਆ ਕੇ ਚਿੱਟੇ ਵਾਲੇ ਇਹਨਾਂ ਦੇ ਸਾਹਮਣੇ ਕਰਦਾ ਸੀ 10-10 ਰੋਜ਼, ਇਹਨਾਂ ਨੂੰ ਪੁਲਿਸਾਂ ਨੂੰ ਕੀ ਕਹਿੰਦੇ ਨਸ਼ੇ ਵਾਲਿਆਂ ਨੂੰ ਫੜ ਕੇ ਲਿਆਉਂਦਾ ਸੀ ਦੁਕਾਨਾਂ ਵਾਲਿਆਂ ਨੂੰ, ਤਾਂ ਇਹਨਾਂ ਨੇ ਹਿੱਕ ਨਾਲ ਲਾ ਲਿਆ, 20-20 ਲੱਖ ਰੁਪਇਆ ਦਿੰਦੇ ਸੀ, ਝੂਠੇ ਪਰਚੇ ਪਾ ਕੇ ਇਹਨਾਂ ਨੇ ਆਹ ਕੁਛ ਕਰਿਆ ਗਾ। ਦੇਖੋ ਆਹ ਸਰਕਾਰ ਦੀ ਕਰਤੂਤ ਹੈ, ਹਜ਼ਾਰਾਂ ਵੋਟਾਂ ਪਵਾਈਆਂ ਸੀ ਭਗਵੰਤ ਮਾਨ ਨੂੰ, ਹੁਣ ਕਿੱਥੇ ਸੁੱਤਾ ਪਿਆ? ਉਹਨੂੰ ਕੋਈ ਪਤਾ ਨੀ ਲੱਗ ਰੱਖਿਆ ਵੀ ਪੰਜਾਬ ਚ ਨਸ਼ਾ ਵਿਕ ਰਿਹਾ, ਝੂਠੇ ਪਰਚੇ ਪਾ ਰਹੇ ਨੇ। ਕੋਈ ਇੱਥੋਂ ਦਾ ਪਹੁੰਚਿਆ ਆਮ ਆਦਮੀ ਪਾਰਟੀ ਦਾ? ਕਿਸੇ ਨੇ ਸੋਚਿਆ ਕਿ ਵੀ ਕੀ ਦੁੱਖ ਲੱਗਿਆ ਹੋਇਆ? 50 ਬੰਦਿਆਂ ਦੀ ਲਿਸਟ ਥਾਣੇ ਚ ਲਿਖ ਕੇ ਭੇਜੀ ਆ, ਆਹ ਬੰਦੇ ਗੋਲੀਆਂ ਭੇਜਿਆ, ਚਿੱਟਾ ਭੇਜਿਆ, ਉਹਨਾਂ ਨੂੰ ਨੀ ਫੜਿਆ। ਅਸੀਂ ਜਨਤਾ ਨੇ ਨਾਂ ਲਾ ਕੇ, ਸ਼ਾਇਦ ਤੁਸੀਂ ਬਸ ਤੁਹਾਡਾ ਸਾਥ ਚਾਹੀਦਾ ਗਾ, ਸਾਡੇ ਨਾਲ ਨਜਾਇਜ਼ ਧੱਕਾ ਹੋਇਆ ਥੋੜੀ ਜਿਹੀ ਗਲਤੀ ਨਾਲ। 50 ਬੰਦੇ ਨੇ ਲਿਸਟ ਦਿੱਤੀ ਸੀ ਨਾ, ਪੁਲਿਸ ਨੂੰ ਫਾਇਦਾ ਹੋ ਗਿਆ, ਕੋਈ ਕਾਰਵਾਈ ਨਹੀਂ ਸਾਡੇ ਨੂੰ ਫਾਇਦਾ ਹੋ ਗਿਆ, ਭਾਲਣੇ ਨਹੀਂ ਪਏ ਉਹਨਾਂ ਦਾ। ਵਾਹਿਗੁਰੂ ਜੀ ਕਾ